ਬੱਚੇ ਅੱਜ ਦੇ ਐਕਸਪੈਰੀਮੈਂਟ ਵਿੱਚ ਆਪਾਂ ਦੇਖਾਂਗੇ ਕਿ ਐਮੀਟਰ ਅਤੇ ਵੋਲਟਮੀਟਰ ਨੂੰ ਸਰਕਟ ਵਿੱਚ ਕਿਵੇਂ ਕਨੈਕਟ ਕਰਦੇ ਹਨ। ਐਮੀਟਰ ਨੂੰ ਸੀਰੀਜ਼ ਵਿੱਚ ਕਨੈਕਟ ਕੀਤਾ ਜਾਂਦਾ ਹੈ, ਵੋਲਟਮੀਟਰ ਨੂੰ ਪੈਰਲਰ ਦੇ ਵਿੱਚ। ਤੁਸੀਂ ਇੱਥੇ ਇੱਕ ਵੋਲਟਮੀਟਰ ਦੇਖ ਰਹੇ ਹੋ, ਇਹਦੀ ਰੇਟਿੰਗ 100 ਤੋਂ ਲੈ ਕੇ 600 ਵੋਲਟ ਤੱਕ ਹੈ। ਇਸ ਦੇ ਦੋ ਟਰਮੀਨਲ ਹਨ, ਇਹਨੂੰ ਆਪਾਂ ਸਰਕਟ ਦੇ ਪੈਰਲਰ ਵਿੱਚ ਕਨੈਕਟ ਕਰਾਂਗੇ। ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਇਹ ਐਮੀਟਰ ਹੈ, ਇਹ 0 ਤੋਂ ਲੈ ਕੇ 6 ਐਂਪੀਅਰ ਤੱਕ ਦੀ ਰੇਟਿੰਗ ਹੈ ਇਸਦੀ। ਅਤੇ ਇਸ ਨੂੰ ਆਪਾਂ ਸੀਰੀਜ਼ ਵਿੱਚ ਕਨੈਕਟ ਕਰਨਾ ਹੈ। ਚਲੋ, ਇਸ ਤੋਂ ਬਾਅਦ ਇਹ ਇੱਕ ਐਕਸਟੈਂਸ਼ਨ ਬੋਰਡ ਹੈ, ਇਸਦਾ ਇਹ ਵਾਲਾ ਪਲੱਗ ਸੀਰੀਜ਼ ਵਾਲਾ ਕਨੈਕਸ਼ਨ ਹੈ ਅਤੇ ਇਹ ਪੈਰਲਲ ਵਾਲੇ ਹਨ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਵੋਲਟਮੀਟਰ ਨੂੰ ਸਰਕਟ ਵਿੱਚ ਕਨੈਕਟ ਕਰਾਂਗੇ। ਜੋ ਤੁਸੀਂ ਦੇਖ ਰਹੇ ਹੋ ਵੋਲਟਮੀਟਰ ਰੇਟਿੰਗ ਦੇ ਰਿਹਾ ਹੈ, ਇਹ 230 ਵੋਲਟ ਦੀ ਰੇਟਿੰਗ ਦੇ ਰਿਹਾ ਹੈ, ਅਪਰੋਕਸੀਮੇਟਲੀ 230 ਵੋਲਟ। ਇਸ ਤੋਂ ਬਾਅਦ ਆਪਾਂ ਇੱਕ ਐਮੀਟਰ ਨੂੰ ਕਨੈਕਟ ਕਰਾਂਗੇ। ਐਮੀਟਰ ਨੂੰ ਆਪਾਂ ਸੀਰੀਜ਼ ਵਾਲੇ ਕਨੈਕਸ਼ਨ ਵਿੱਚ ਸੈੱਟ ਕਰਾਂਗੇ। ਇਹ ਆਪਣੇ ਸੀਰੀਜ਼ ਦੇ ਕਨੈਕਸ਼ਨ ਹਨ, ਇਹ ਹਜੇ 0 ਰੇਟਿੰਗ ਦੇ ਰਿਹਾ ਹੈ। ਇਸ ਤੋਂ ਬਾਅਦ ਆਪਾਂ 100 ਵਾਟ ਦਾ ਇੱਕ ਲੋਡ ਲਾਵਾਂਗੇ। ਅਤੇ ਇਸ ਨੂੰ ਔਨ ਕਰਾਂਗੇ। ਤੁਸੀਂ ਦੇਖੋਗੇ ਕਿ ਇਸਦੀ ਸੂਈ ਥੋੜ੍ਹੀ ਉੱਪਰ ਵੱਲ ਨੂੰ ਹੋ ਗਈ ਹੈ, ਮਤਲਬ ਇਸਦੇ ਵਿੱਚ ਵੀ ਕੁਝ ਕਰੰਟ ਪਾਸ ਹੋਣ ਲੱਗਿਆ ਹੈ। ਤਾਂ ਆਪਣੀ ਪਹਿਲੀ ਰੀਡਿੰਗ ਆਪਾਂ ਨੋਟ ਕਰਾਂਗੇ, ਵੋਲਟੇਜ 230 ਵੋਲਟੇਜ, ਕਰੰਟ 0.4 ਐਂਪੀਅਰ, ਅਪਰੋਕਸੀਮੇਟਲੀ 0.4 ਐਂਪੀਅਰ। ਅਤੇ ਪਾਵਰ ਆਪਣੀ ਇਹ 100 ਵਾਟ ਦਾ ਲੈਂਪ ਹੈ, ਪਾਵਰ ਇਸ ਦੀ ਹੈਗੀ ਹੈ 100 ਵਾਟ। ਇਸ ਤੋਂ ਬਾਅਦ ਆਪਾਂ ਅਗਲੀ ਰੀਡਿੰਗ ਨੋਟ ਕਰਾਂਗੇ। ਇਸ ਤੋਂ ਬਾਅਦ ਆਪਾਂ 200 ਵਾਟ ਦਾ ਇੱਕ ਹੋਰ ਬਲਬ ਲੋਡ ਯੂਜ ਕਰਾਂਗੇ। ਇਸ ਨੂੰ ਆਪਾਂ ਪੈਂਡੈਂਟ ਹੋਲਡਰ ਵਿੱਚ ਲਗਾ ਕੇ ਯੂਜ ਕਰਾਂਗੇ। ਇਸ ਦੇ ਨਾਲ ਹੁਣ ਐਂਪੀਅਰ ਮੀਟਰ ਦੀ ਰੀਡਿੰਗ .9 ਹੋ ਚੁੱਕੀ ਹੈ, ਅਪਰੋਕਸੀਮੇਟਲੀ .9। ਅਤੇ ਇਸ ਤੋਂ ਬਾਅਦ ਆਪਣੀ ਵੋਲਟੇਜ ਦੇ ਉੱਤੇ ਕੋਈ ਵੀ ਫਰਕ ਨਹੀਂ ਪਿਆ ਅਤੇ ਪਾਵਰ ਆਪਣੀ 200 ਵਾਟ ਪਲੱਸ 100 ਵਾਟ 300 ਵਾਟ ਹੋ ਚੁੱਕੀ ਹੈ, 300 ਵਾਟ ਪਾਵਰ ਹੈ। 230 ਵੋਲਟ, ਕਰੰਟ ਆਪਣਾ .9 ਐਂਪੀਅਰ ਅਪਰੋਕਸੀਮੇਟਲੀ, ਅਤੇ ਪਾਵਰ ਆਪਣੀ 300 ਵਾਟ ਹੈ। ਤੁਸੀਂ ਇੱਥੇ ਦੇਖਿਆ ਹੈ ਕਿ ਪਾਵਰ ਦੇ ਵਧਣ ਨਾਲ ਕਰੰਟ ਵੀ ਵੱਧਦਾ ਹੈ, ਵੋਲਟੇਜ ਸੇਮ ਹੀ ਰਹੀ ਹੈ ਇਸ ਸਰਕਟ ਦੇ ਵਿੱਚ। ਇਸ ਤੋਂ ਬਾਅਦ ਆਪਾਂ ਇੱਕ ਹੋਰ 200 ਵਾਟ ਦਾ ਲੈਂਪ ਲੈਂਦੇ ਹਾਂ, ਇਸ ਨੂੰ ਵੀ ਆਪਾਂ ਸਰਕਟ ਵਿੱਚ ਕਨੈਕਟ ਕਰਾਂਗੇ। ਹੁਣ ਤੁਸੀਂ ਦੇਖਦੇ ਹੋ ਕਿ ਸਰਕਟ ਦੇ ਵਿੱਚ ਟੋਟਲ ਲੋਡ 200 ਵਾਟ, 200 ਵਾਟ ਪਲੱਸ 100 ਵਾਟ, ਟੋਟਲ ਲੋਡ ਇਸ ਦੇ ਵਿੱਚ 500 ਵਾਟ ਹੈ। ਅਤੇ ਇਸ ਦੇ ਨਾਲ ਵੋਲਟਮੀਟਰ ਦੀ ਰੀਡਿੰਗ ਦੇ ਵਿੱਚ ਕੋਈ ਫਰਕ ਨਹੀਂ ਪਿਆ, ਪਰੰਤੂ ਐਂਪੀਅਰ ਮੀਟਰ ਦੀ ਰੀਡਿੰਗ ਦੇ ਵਿੱਚ ਫਰਕ ਪਿਆ ਹੈ। ਇਸਦਾ ਹੁਣ ਕਰੰਟ 1.05 ਐਂਪੀਅਰ ਅਪਰੋਕਸੀਮੇਟਲੀ ਹੈ। ਹੁਣ ਇਸ ਤੋਂ ਬਾਅਦ ਆਪਾਂ ਰੀਡਿੰਗ ਨੋਟ ਕਰਾਂਗੇ, ਵੋਲਟੇਜ ਆਪਣੀ 200 ਵਾਟ ਵੋਲਟ, ਕਰੰਟ ਆਪਣਾ 1.1 ਐਂਪੀਅਰ ਦੇ ਅਪਰੋਕਸੀਮੇਟਲੀ ਹੈ, ਅਤੇ ਵਾਟੇਜ ਆਪਣੀ ਪਾਵਰ ਕਿੰਨੀ ਹੈ, 500 ਵਾਟ। ਤੁਸੀਂ ਅੱਜ ਦੇ ਐਕਸਪੈਰੀਮੈਂਟ ਵਿੱਚ ਦੇਖਿਆ ਕਿ ਜਦੋਂ ਆਪਾਂ ਸਰਕਟ ਦੇ ਵਿੱਚ ਲੋਡ ਵਧਾਉਂਦੇ ਹਾਂ, ਪਾਵਰ ਰੇਟਿੰਗ ਵਧਾਉਂਦੇ ਹਾਂ, ਤਾਂ ਕਰੰਟ ਵੀ ਵੱਧਦਾ ਹੈ। ਇਸ ਦੀਆਂ ਰੀਡਿੰਗਾਂ ਹਨ, ਵੋਲਟਮੀਟਰ ਪੈਰਲਲ ਵਿੱਚ ਲੱਗਿਆ ਹੁੰਦਾ ਹੈ, ਇਸ ਕਰਕੇ ਇਸ ਦੇ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ। ਤੁਸੀਂ ਅੱਜ ਇਹ ਵੀ ਸਿੱਖਿਆ ਕਿ ਵੋਲਟਮੀਟਰ ਨੂੰ ਕਿਵੇਂ ਕਨੈਕਟ ਕਰਦੇ ਹਨ ਸਰਕਟ ਦੇ ਵਿੱਚ, ਅਤੇ ਐਮੀਟਰ ਨੂੰ ਕਿਵੇਂ ਕਨੈਕਟ ਕਰਦੇ ਹਨ।
इस तो बाद आप देखेंगे कि वोल्टमीटर जे आप सीरीज कनैक्शन के लगाए तो वोल्टमीटर की रीडिंग की है, वो कोई रीडिंग दिता है ज सर्कट अपना ओपन होंदा है। आप पहला लोड डिसकनैक्ट कर रहे हैं सर्कट के बाहर कढ़ रहे हैं, इस तो बाद आप एमीटर भी सर्कट चो बहर कढ़ते हैं, इसकी जगह के उत्ते वोल्टमीटर कनैक्ट करा। सुच तो सट ल इस दी जगह देते हुण आपां वोल्टमीटर कनैक्ट कर चुके हाँ। हुण आपां देखांगे कि इस विच कोई भी करंट पास नहीं हो रहा, इस सर्कट दे विच कोई भी करंट पास नहीं हो रहा, यह दसदा है कि यह अपना हुण सर्कट ओपन हो चुकिया है। तो मैं आस करदा हाँ कि तुहानू अज दी वीडियो पसंद आई होगी, तुसीं कृपा करके इस वीडियो नूं लाइक करो, शेयर करो, तो तुहाडा वीडियो पूरी देखने वास्ते बहुत बहुत धन्यवाद।